ਹਾਂਜੀ YouTube ਚੈਨਲ ਪੰਜਾਬ ਐਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬਲੇਟਨ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਤੋਂ ਜਾਣੂ ਕਰਵਾਇਆ ਜਾਵੇਗਾ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਤਾਂ ਕਿ ਕੋਈ ਵੀ ਖਬਰ ਤੁਹਾਡੇ ਤੋਂ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਖਬਰ ਤੋਂ ਕੋਰੋਨਾ ਵਾਇਰਸ ਖਿਲਾਫ ਪੰਜਾਬ ਸਰਕਾਰ ਦਾ 10 ਜ਼ਿਲ੍ਹਿਆਂ ਦਾ ਵੱਡਾ ਉਪਰਾਲਾ ਚੰਡੀਗੜ੍ਹਾ ਕਰੋਨਾ ਵਾਇਰਸ ਦੇ ਵਧ ਰਹੇ ਫੈਲਣ ਨੂੰ ਦੇਖਦਿਆਂ ਪੰਜਾਬ ਸਰਕਾਰ ਹੋਰ ਪ੍ਰਬੰਧ ਕਰ ਰਹੀ ਹੈ ਜਇਹੇ ਵਿੱਚ ਸੂਬਾ ਸਰਕਾਰ ਨੇ 60 ਸਾਲ ਤੋਂ ਘੱਟ ਉਮਰ ਦੇ ਹਲਕੇ ਜਾਂ ਬਿਨਾਂ ਲੱਛਣਾਂ ਵਾਲੇ ਕਰੋਨਾ ਮਰੀਜ਼ਾਂ ਲਈ ਸੂਬੇ ਦੇ 10 ਜ਼ਿਲ੍ਹਿਆਂ ਵਿੱਚ 7520 ਬਿਸਤਰਿਆਂ ਦੀ ਸਮਰੱਥਾ ਨਾਲ ਨਵੇਂ ਲੈਵਲ 1 ਕੋਵਿਡ ਸੈਂਟਰ ਸ਼ੁਰੂ ਕਰ ਦਿੱਤੇ ਹਨ 100-100 ਬਿਸਤਰਿਆਂ ਦੀ ਸਮਰੱਥਾ ਵਾਲੇ ਅਜਿਹੇ ਕੇਂਦਰ ਬਾਕੀ ਜ਼ਿਲ੍ਹਿਆਂ ਵਿੱਚ ਛੇਤੀ ਹੀ ਖੁੱਲ੍ਹੇ ਜਾਣਗੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਹੈ ਕਿ ਲੁਧਿਆਣਾ ਵਿੱਚ 1200 ਬਿਸਤਰਿਆਂ ਦੀ ਸਮਰੱਥਾ ਹੈ ਜਲੰਧਰ ਤੇ ਅੰਮ੍ਰਿਤਸਰ ਵਿੱਚ ਹਜ਼ਾਰ-ਹਜ਼ਾਰ ਬਟਿੰਡਾ ਵਿੱਚ 950 ਸੰਗਰੂਰ ਵਿੱਚ 800 ਮੋਹਾਲੀ ਦੇ ਗਿਆਨ ਸਾਗਰ ਹਸਪਤਾਲ ਵਿੱਚ 500 ਪਟਿਆਲਾ ਵਿੱਚ 470 ਪਠਾਨਕੋਟ ਵਿੱਚ 400 ਫਰੀਦਕੋਟ ਵਿੱਚ 100 ਚੰਡੀਗੜ੍ਹ ਯੂਨੀਵਰਸਿਟੀ ਵਿੱਚ 1000 ਬਿਸਤਰਿਆਂ ਦੀ ਸਮਰੱਥਾ ਹੈ ਉਹਨਾਂ ਨੇ ਦੱਸਿਆ ਹੈ ਕਿ 7000 ਬਿਹਤਰਾਂ ਦੀ ਸਮਰੱਥਾ ਵਾਲੇ ਇਹ ਕੇਂਦਰ ਮੈਰੀਟੋਰੀਅਸ ਸਕੂਲਾਂ ਅਤੇ ਹੋਰ ਸੰਸਥਾ ਵਿੱਚ ਚਲਾਏ ਜਾ ਰਹੇ ਹਨ ਤੇ ਕੇਸ ਵਧਨ ਤੇ ਇਹਨਾਂ ਵਿੱਚ 28000 ਬਿੱਡਾਂ ਤੱਕ ਵਧਾਇਆ ਜਾ ਸਕਦਾ ਹੈ ਤੇ ਇਹਨਾਂ ਕੋਵਿਡ ਕੇਅਰ ਅੱਜ ਕੇਂਦਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ ਇਹਨਾਂ ਨੂੰ ਬਿਨਾਂ ਕਿਸੇ ਲੱਛਣ ਸ਼ੂਗਰ ਅਤੇ ਹਾਈਪਰਟੈਨਸ਼ਨ ਵਰਗਾਂ ਕਰੋਨਿਕਾ ਬਿਮਾਰੀਆਂ ਦੇ ਬਿਨਾਂ ਵਾਲੇ ਪੋਜ਼ਿਟਿਵ ਮਰੀਜ਼ਾਂ ਨੂੰ ਰੱਖਣ ਲਈ ਵਰਤਿਆ ਜਾਵੇਗਾ ਇਹਨਾਂ ਕੇਂਦਰਾ ਵਿੱਚ ਸਾਰੀਆਂ ਬੁਨਿਆਦੀ ਲੋੜਾਂ ਮੁਹੱਈਆ ਕਰਵਾਈਆਂ ਗਈਆਂ ਹਨ ਐਂਬੂਲੈਂਸ ਦਾ ਵੀ ਖਾਸ ਪ੍ਰਬੰਧ ਹੈ ਤਾਂ ਜੋ ਕਿਸੇ ਵੀ ਮਰੀਜ਼ ਦੀ ਸਿਹਤ ਬੇਗੜਨ ਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਸਕੇ ਉਸ ਤੋਂ ਵੱਡੀ ਖਬਰ ਹੈ ਜੀ ਵੱਡੇ ਬਾਦਲ ਦੀ ਸਿਹਤ ਵਿਗੜੀ ਬਠਿੰਡਾ ਵਿੱਚ ਕਰਵਾਈ ਜਾਂਚ ਹਾਂਜੀ 90 ਤੋਂ ਟੱਪੇ ਸਾਵਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ సేତ ਬੈਕਗ੍ਰਾਉਂਡ ਦੀ ਸੂਚਨਾ ਮਿਲੀ ਹੈ ਪਤਾ ਚੱਲਿਆ ਹੈ ਕਿ ਛਾਤੀ ਤੇ ਪੇਟ ਵਿੱਚ ਸਮੱਸਿਆ ਹੋਣ ਕਾਰਨ ਉਹ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਪੁੱਜੇ ਜਿੱਥੇ ਉਹਨਾਂ ਨੇ ਆਪਣੇ ਸਰੀਰ ਦੇ ਕਈ ਟੈਸਟ ਕਰਵਾਏ ਉਹ ਮਾਲ ਰੋਡ 77 ਰੂਮਾਨਾ ਆల్ట్రా ਸਾਊਂਡ ਵਿੱਚ ਵੀ ਗਏ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੇ ਪੇਟ ਦਾ ਆల్ట్రా ਸਾਊਂਡ ਵੀ ਕੀਤਾ ਗਿਆ ਹਾਲਾਂਕਿ ਇਸ ਮੌਕੇ ਬਾਦਲ ਜਾਂ ਉਹਨਾਂ ਦੇ ਸਟਾਫ ਨੇ ਕਿਸੇ ਨਾਲ ਗੱਲਬਾਤ ਨਹੀਂ ਕਰਾਂ ਪਰੰਤੂ ਸੂਤਰਾ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਵੱਡੇ ਬਾਦਲ ਦੀ ਛਾਤੀ ਵਿੱਚ ਚੱਲ ਰਹੀ ਇਨਫੈਕਸ਼ਨ ਵਧਣ ਲੱਗੀ ਹੈ ਇਸ ਤੋਂ ਇਲਾਵਾ ਉਮਰ ਦੇ ਹਿਸਾਬ ਨਾਲ ਹੋਰ ਵੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਤੇ ਸੂਚਨਾ ਮੁਤਾਬਕ ਉਹ ਤਾਲਾਬੰਦੀ ਤੋਂ ਪਹਿਲਾਂ ਚੰਡੀਗੜ੍ਹ ਜਾਂ ਦਿੱਲੀ ਤੋਂ ਆਪਣਾ ਚੈੱਕਅਪ ਕਰਵਾਉਂਦੇ ਸਨ ਪਰੰਤੂ ਹੁਣ ਤਾਲਾਬੰਦੀ ਦੌਰਾਨ ਬਾਦਲ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਬਾਦਲ ਬੈਠੇ ਹੀ ਬੈਠੇ ਹੋਏ ਹਨ ਤੇ ਆਪਣੀਆਂ ਗਤੀਵਿਧੀਆਂ ਪਰਿਵਾਰ ਤੇ ਕਿਤਨਾ ਹੋਈਆਂ ਹਨ ਅਗਲੀ ਵੱਡੀ ਖਬਰ ਆ ਰਹੀ ਜੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੁਣ ਤੋਂ ਹੀ ਮੁੱਖ ਮੰਤਰੀ ਚਿਹਰੇ ਲਈ ਲੱਗੀ ਦੌੜ ਭਾਵੇਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਹਜੇ ਸਮਾਂ ਪਿਆ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਵਿੱਚ ਮੁੱਖ ਮੰਤਰੀ ਦੇ ਉਮੀਦਵਾਰਾਂ ਦਾ ਚਿਹਰਾ ਬਣ ਲਈ ਹੁਣ ਤੋਂ ਹੀ ਆਪਸੀ ਦੌੜ ਸ਼ੁਰੂ ਹੋ ਚੁੱਕੀ ਹੈ ਜਿਕਰ ਜੋਗ ਹੈ ਕਿ ਇਸ ਵਾਰ ਆਪ ਹਾਈ ਕਮਾਂਡ ਨੇ ਪਿਛਲੇ ਸਮੇਂ ਦੀ ਗਤੀਵਿਧੀਆਂ ਨੂੰ ਸੁਧਾਰਦਿਆਂ ਮੁੱਖ ਮੰਤਰੀ ਦਾ ਚਿਹਰਾ ਚੂਨਾ ਤੋਂ ਪਹਿਲਾਂ ਐਲਾਨੇ ਜਾਂਦਾ ਫੈਸਲਾ ਕੀਤਾ ਸਿਆਸੀ ਹਲਕਿਆਂ ਵਿੱਚ ਚਰਚਾ ਰਹੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੂਨਾ ਵਿੱਚ ਆਪ ਨੇ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨ ਕੇ ਗਲਤੀ ਕੀਤੀ ਸੀ ਜਿਸ ਕਾਰਨ ਵੋਟਰ ਵਧੇਰੇ ਆਕਰਸ਼ਿਤ ਨਾ ਹੋ ਸਕੇ ਤੇ ਆਪ ਹਵਾ ਦੇ باوجود ਸਰਕਾਰ ਨਹੀਂ ਬਣਾ ਸਕੀ ਭਾਵੇਂ ਅਕਾਲੀ ਦਲ ਨੂੰ ਪਛਾੜ ਕੇ ਵਿਰੋਧੀ ਪਾਰਟੀ ਜ਼ਰੂਰ ਬਣ ਗਈ ਇਸ ਵਾਰ ਆਪ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਦੇਣ ਦੀ ਐਲਾਨੀ ਜਾਂ ਚੁੱਕੀ ਨੀਤੀ ਹੀ ਪੰਜਾਬ ਵਿੱਚ ਕਈ ਆਗੂ ਸਰਗਰਮ ਹੋ ਚੁੱਕੇ ਹਨ ਭਾਵੇਂ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਣ ਵਾਲੇ ਤਾਂ ਆਮ ਆਦਮੀ ਪਾਰਟੀ ਵਿੱਚ ਅੱਧੀ ਦਰਜਨ ਦੇ ਕਰੀਬ ਹਨ ਪਰ ਤਿੰਨ ਮੁੱਖ ਆਗੂ ਆਪ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਸੁਭਾਵਤ ਕਰਨ ਲਈ ਆਪੋ ਪੱਧਰੇ ਤੇ ਸਰਗਰਮੀਆਂ ਕਰਕੇ ਪੂਰੀ ਕੂਚ ਵਿੱਚ ਹਨ ਮੁੱਖ ਤੌਰ ਤੇ ਸੰਸਦ ਮੈਂਬਰ ਭਗਵੰਤ ਮਾਨ ਵਿਧਾਇਕ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਵਿਸ਼ੇਸ਼ ਤੌਰ ਤੇ ਇਸ ਦੌੜ ਵਿੱਚ ਸ਼ਾਮਲ ਹਨ ਇਹ ਤਿੰਨੇ ਹੀ ਨੇਤਾ ਇੱਕੋ ਹੀ ਵਿਸ਼ੇ ਤੇ ਇੱਕੋ ਦਿਨ ਅਲੱਗ-ਅਲੱਗ ਬਿਆਨ ਦਾਗਦੇ ਹਨ ਜਿਸ ਦਾ ਮੁੱਖ ਮਕਸਦ ਲੋਕਾਂ ਤੇ ਪਾਰਟੀ ਹਾਈ ਕਮਾਂਡ ਅੱਗੇ ਆਪਣੀ ਹਾਜ਼ਰੀ ਦਰਸਾਉਣਾ ਹੀ ਹੈ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਕਾਂਗਰਸ ਵਿੱਚ ਨਾਰਾਜ਼ ਬੈਠੇ ਨਵਜੋਤ ਸਿੰਘ ਸਿੱਧੂ ਵਰਗੇ ਪ੍ਰਭਾਵਸ਼ਾਲੀ ਚਿਹਰੇ ਦਾ ਰਾਹ ਵੀ ਆਪ ਵਿੱਚ ਆਉਣ ਤੋਂ ਪਾਰਟੀ ਅੰਦਰਲੇ ਮੁੱਖ ਮੰਤਰੀ ਚਿਹਰਾ ਬਣਦੇ ਚਾਹਵਣ ਆਗੂ ਵੀ ਹੀ ਰੋਕਾ ਰਹੇ ਹਨ ਤੇ ਆਮ ਆਦਮੀ ਅੰਦਰ ਵੀ ਮੌਜੂਦਾ ਸਥਿਤੀ ਨੂੰ ਵੇਖਿਆ ਜਾਵੇ ਤਾਂ ਪਾਰਟੀ ਦੇ ਪੰਜਾਬ ਵਿੱਚਲੇ ਆਗੂਆਂ 'ਚੋਂ ਕਿਸੇ ਦਾ ਨੰਬਰ ਐਲਾਨੇ ਜਾਣ ਵਾਲੇ ਮੁੱਖ ਮੰਤਰੀ ਦੇ ਚਿਹਰੇ 'ਤੇ ਲੱਗ ਸਕਦਾ ਹੈ। ਉਸਤਵਾਰ ਖਬਰ ਵੱਡੀ ਹੈ ਜੇ ਸਿਰਸਾ ਡੀਰਾ ਪ੍ਰੇਮੀਆਂ ਦੀ ਜਮਾਨਤ ਤੇ 27 ਜੁਲਾਈ ਨੂੰ ਹੋਵੇਗੀ ਸੁਣਵਾਈ। ਹਾਂਜੀ ਖਬਰ ਪੂਰੀ ਸੁਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਿਉਂਕਿ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਜੇਕਰ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਵੀ ਜ਼ਰੂਰ ਦੱਬੋ। 1 ਜੂਨ 2015 ਨੂੰ ਨੇੜਲੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਚੋਤ ਦਿਨ ਦਿਹਾੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਐਸ ਆਈ ਟੀ ਵੱਲੋਂ ਅਦਾਲਤ ਰਾਹੀਂ ਭੇਜੇ ਗਏ ਪੰਜ ਡੇਰਾ ਪ੍ਰੇਮੀਆਂ ਨੇ ਡਿਊਟੀ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਵਿੱਚ ਆਰ ਜੀ ਦੇ ਕੇ ਚੱਲਦੇ ਮੁਕਾਦਮੇ ਤੱਕ ਜ਼ਮਾਨਤ ਦੇ ਕੇ ਹਰਹਾ ਕਰਨ ਦੀ ਮੰਗ ਕੀਤੀ ਸੀ ਜਸਤੇ ਅਦਾਲਤ ਨੇ ਪੰਜਾਬ ਸਰਕਾਰ ਅਤੇ ਐਸਆਈਟੀ ਨੂੰ ਨੋਟਿਸ ਜਾਰੀ ਕਰਕੇ 24 ਜੁਲਾਈ ਨੂੰ ਲੋੜੀਦਾ ਰਿਕਾਰਡ ਪੇਸ਼ ਕਰਨ ਦੀ ਹਦਾਇਤ ਕੀਤੀ ਤਾਂ ਅੱਜ ਡੇਰਾ ਪ੍ਰੇਮੀਆਂ ਵੱਲੋਂ ਐਡਵੋਕੇਟ ਵਿਨੋਦ ਕੁਮਾਰ ਮੋਂਗਾ ਅਤੇ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਅਮਨਪ੍ਰੀਤ ਸਿੰਘ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਉਕਤ ਮਾਮਲੇ ਵਿੱਚ ਗੱਲਬਾਤ ਕੀਤੀ ਅਦਾਲਤ ਨੇ ਉਕਤ ਮਾਮਲੇ ਦੀ ਸੁਲਵਾਈ ਲਈ ਅਗਲੀ ਤਾਰੀਖ 7 ਜੁਲਾਈ ਨਿਸ਼ਚਿਤ ਕਰ ਦਿੱਤੀ ਦੂਜੇ ਪਾਸੇ ਜਮਾਂਦਤ ਤੇ ਚੱਲ ਰਹੇ ਡੇਰਾ ਪ੍ਰੇਮੀਆਂ ਵੈਚ ਜੁਰਮ ਵਿੱਚ ਵਾਧਾ ਹੋਣ ਦੀ ਸੂਰਤ ਵਿੱਚ ਆਪਣੀ ਗ੍ਰਿਫਤਾਰੀ ਨੂੰ ਰੋਕਣ ਲਈ ਅਗਾਹੂ ਜ਼ਮਾਨਤ ਦੀ ਆਰਜੀ ਵੀ ਸਿਆਚਨ ਜੱਜ ਦੀ ਅਦਾਲਤ ਵਿੱਚ ਲਾ ਦਿੱਤੀ ਹੈ ਜਿਸ ਤੇ ਪੰਜਾਬ ਸਰਕਾਰ ਨੂੰ ਇਹਦਾ ਨੋਟਿਸ ਅਤੇ ਇਸ ਸੰਬੰਧੀ ਸਾਰਾ ਰਿਕਾਰਡ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਡੇਰਾ ਪ੍ਰੇਮਗਾਂ ਨੇ ਆਪੋ ਆਪਣੀਆਂ ਅਰਜ਼ੀਆਂ ਦਾ ਚਾਵਾ ਕੀਤਾ ਹੈ ਕਿ ਉਹਨਾਂ ਨੂੰ ਉਕਤ ਮਾਮਲੇ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ ਅਗਲੀ ਖਬਰ ਹੈ ਜੀ ਖੋਜ ਕਵਰੀ ਨਵੰਬਰ ਤੱਕ ਨਹੀਂ ਬਧੇਗਾ ਘਰੇਲੂ ਹਵਾਈ ਕਿਰਾਇਆ ਸਰਕਾਰ ਵੱਲੋਂ ਹੁਕਮ ਜਾਰੀ ਹਵਾਈ ਯਾਤਰਾ ਲਈ ਉਡਾਣ ਦੇ ਸਮੇਂ ਦੇ ਹਿਸਾਬ ਨਾਲ ਮੈਕਸਿਮਮ ਅਤੇ ਮਿਨੀਮਮ ਕਰਾਇਦੀ ਸਰਕਾਰ ਵੱਲੋਂ ਤਹ ਹੱਦ 24 ਨਵੰਬਰ ਤੱਕ ਜਾਰੀ ਰਹੇਗੀ ਸ਼ਹਿਰੀ ਹਵਾਵਾਜੀ ਮੰਤਰਾਲਾ ਵੱਲੋਂ ਅੱਜ ਜਾਰੀ ਹੁਕਮ ਵਿੱਚ ਕਿਹਾ ਗਿਆ ਕਿ ਇਸ ਸੰਬੰਧ ਵਿੱਚ ਪਹਿਲਾਂ ਹੀ ਜਾਰੀ ਹੁਕਮ ਦੀ ਮਿਆਦ 24 ਨਵੰਬਰ ਤੱਕ ਵਧਾਈ ਜਾਂਦੀ ਹੈ ਪਹਿਲਾ ਇਹ ਹੁਕਮ 24 ਅਗਸਤ ਤੱਕ ਪ੍ਰਭਾਵੀ ਸੀ ਸਰਕਾਰ ਨੇ ਉਡਾਨ ਦੀ ਮਿਆਦ ਦੇ ਆਧਾਰ ਤੇ ਘਰੇਲੂ ਮਾਰਗਾਂ ਨੂੰ ਸੱਤ ਸ੍ਰੈਣੀਆਂ ਵਿੱਚ ਵੰਡ ਕੇ ਹਰ ਸ੍ਰੈਣੀ ਲਈ ਮੈਕਸੀਮਮ ਅਤੇ ਮਿਨੀਮਮ ਕਿਰਾਇਆ ਤੈਅ ਕਰ ਦਿੱਤਾ ਸੀ ਨਾਲ ਹੀ ਉਡਾਨਾਂ ਦੀ ਗਿਣਤੀ ਅਤੇ ਜਾਰੀ ਪਾਬੰਦੀ ਦੀ ਮਿਆਦ ਨੂੰ ਵੀ 24 ਨਵੰਬਰ ਤੱਕ ਵਧਾਈ ਗਈ ਹੈ ਪਹਿਲਾਂ ਇਹ ਪਾਬੰਦੀ 24 ਅਗਸਤ ਤੱਕ ਲਾਈ ਸੀ ਇਸ ਤੋਂ ਸਪਸ਼ਟ ਹੈ ਕਿ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੇ ਉਡਾਨਾਂ ਸ਼ੁਰੂ ਹੋਣ ਦੀ ਨਵੰਬਰ ਤੱਕ ਕੋਈ ਸੰਭਾਵਨਾ ਨਹੀਂ ਹੈ ਪਹਿਲਾ ਸ੍ਰੈਣੀ ਵਿੱਚ 40 ਮਿੰਟ ਤੋਂ ਘਟਦਨਾ ਉਡਾਨਾਂ ਲਈ ਮਿਨੀਮਮ ਕਿਰਾਇਆ 2000 ਰੁਪਏ ਤੇ ਮੈਕਸਿਮਮ ਕਿਰਾਇਆ 6000 ਰੁਪਏ ਹੈ। ਅੱਜ ਦੀ ਵੱਡੀ ਖਬਰ ਹੈ ਜੀ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 12216 ਮੌਤਾਂ 282 ਹਾਂਜੀ ਪੰਜਾਬ ਵਿੱਚ ਕਰੋਨਾ ਮਹਾਮਾਰੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ ਬੀਤੇ ਦਿਨ ਸੂਬੇ ਵਿੱਚ 482 ਨਵੇਂ ਕਰੋਨਾ ਦੇ ਕੇਸਾਂ ਦੀ ਪੋਜ਼ਿਟਿਵ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 12216 ਤੱਕ ਪਹੁੰਚ ਗਈ ਉੱਥੇ ਹੀ ਤਿਆਨ 55 ਹੋਰ ਕਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਦਕਿ 5 ਕਰੋਨਾ ਪੀੜਤਾਂ ਨੇ ਦਮ ਤੋੜਿਆ ਸਿਹਤ ਵਿਭਾਗ ਦੇ ਸੇਿਤ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਦੇਰ ਸ਼ਾਮ ਤੱਕ ਲੁਧਿਆਣਾ ਤੋਂ 46 ਜਲੰਧਰ ਤੋਂ 76 ਅਮਰਸਰ ਤੋਂ 55 ਪਟਿਆਲਾ ਤੋਂ 70 ਸੰਗਰੂਰ ਤੋਂ 19 ਮਹਾਲੀ ਤੋਂ 12 ਗੁਰਦਾਸਪੁਰ ਤੋਂ 10 ਨਵਾਂ ਸ਼ਹਿਰ ਤੋਂ 9 ਹੁਸ਼ਿਆਰਪੁਰ ਤੋਂ 70 ਤਰਨਤਾਰ ਤੋਂ 5 ਫਰੋਈਪੁਰ ਤੋਂ 17 ਫਤੇਗੜ ਸਾਹਿਬ ਤੋਂ 9 ਮੋਗਾ ਤੋਂ 23 ਫਰੀਦਕੋਟ ਤੋਂ 5 ਬਟਿੰਡਾ ਤੋਂ 4 ਮੌਕਸਰ ਸਾਹਿਬ ਤੋਂ 2 ਰੋਪੜ ਤੋਂ 10 ਕਪੂਰਥਲਾ ਤੋਂ 9 ਫਾਜ਼ਿਲਕਾ ਤੋਂ 21 ਬਰਨਾਲਾ ਤੋਂ 3 ਅਤੇ ਮਾਨਸਾ ਤੋਂ 7 ਨਵੇਂ ਕਰੋਨਾ ਮਰੀਜ਼ ਸਾਹਮਣੇ ਆਏ ਹਨ ਅਗਲੀ ਵੱਡੀ ਖਬਰ ਹੈ ਜੀ ਰੋਪੜ ਜਿਲ੍ਹੇ ਵਿੱਚ ਬੰਦ ਸਿਵ ਸ਼ੈਨਾ ਆਗੂ ਸੁਧੀਰ ਸੂਰੀ ਨੂੰ ਹੋਇਆ ਕਰੋਨਾ ਐਨ ਆਰ ਆਈ ਸਿੱਖਾਂ ਬਾਰੇ ਭੱਦੀ ਸ਼ਬਦਾਵਲੀ ਬੁੱਲਣ ਦੇ ਦੋਸਾ ਹੈ ਠਰ ਰੋਪੜ ਜੇਲ੍ਹ ਵਿੱਚ ਬੰਦ ਸੁਦੀਰ ਸੂਰੀ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ ਉਸ ਨੂੰ ਇੰਦੌਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਅੰਡਰ ਟ੍ਰਾਇਲ ਹੈ ਤੇ ਸੂਰੀ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਸੇਵਲ ਸਰਜੈਂਟ ਡਾਕਟਰ ਐਚ ਐਨ ਸ਼ਰਮਾ ਨੇ ਕੀਤੀ ਹੈ ਸੂਰੀ ਨੂੰ ਜੇਲ੍ਹ ਦੀ ਬੱਕਰੀ ਵੈਰਕ ਵਿੱਚ ਰੱਖਿਆ ਗਿਆ ਹੈ ਸੂਰੀ ਦੀ ਚੁਰਕਿਆਂ ਨੂੰ ਲੈ ਕੇ ਇੱਕ ਖਾੜਕੂ ਸਮੇਤ 5 ਗੈਂਗਸਟਰਾਂ ਅਤੇ 21 ਸ਼ੱਕੀ ਅਪਰਾਧੀ ਪੋਚੋਕੜ ਵਾਲੇ ਹਵਾਲਾਤਾਂ ਨੂੰ ਵੀ ਰੂਪਨਗਰ ਜੇਲ੍ਹ ਤੋਂ ਤਬਦੀਲ ਕਰਕੇ ਪਟਿਆਲਾ ਤੇ ਨਾਭਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅਗਲੀ ਵੱਡੀ ਖਬਰ ਹੈ ਜੀ ਕੋਰੋਨਾ ਖਿਲਾਫ ਜੰਗ ਤੈ ਹੋਵੇਗੀ ਅਗਲੀ ਰਾਨੇਤੇ ਪੀਐਮ ਮੋਦੀ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ। ਦੇਸ਼ ਵਿੱਚ ਕੋਰੋਨਾ ਮਹਾਮਾਰੀ ਦਾ ਪ੍ਰਸਾਰ ਵਧਾ ਜਾ ਰਿਹਾ ਤੇ ਐਸੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਤੇ ਚਰਚਾ ਲਈ 27 ਜੁਲਾਈ ਨੂੰ ਸੂਬੇ ਦੇ ਸਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ। ਸੂਤਰਾ ਅਨੁਸਾਰ ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾ ਅਤੇ ਸਿਹਤ ਮੰਤਰੀ ਹਰਸ਼ਵਰਧਨ ਵੀ ਮੌਜੂਦ ਰਹਿਣਗੇ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਚੀਫ ਸੈਕਟਰੀ ਅਤੇ ਸਿਹਤ ਸਕੱਤਰ ਵੀ ਮੁੱਖ ਮੰਤਰੀਆਂ ਦੇ ਨਾਲ ਮੌਜੂਦ ਰਹਿਣਗੇ। ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇਹ 7ਵੀਂ ਬੈਠਕ ਹੈ। ਇਸ ਬੈਠਕ ਵਿੱਚ ਆਨਲੌਗ 2 ਦੇ ਅਗਲੇ ਪੜਾਅ ਦੀ ਰਣਨੀਤੀ ਤੇ ਚਰਚਾ ਹੋ ਸਕਦੀ ਹੈ 27 ਜੁਲਾਈ ਨੂੰ ਹੀ। ਪ੍ਰਧਾਨ ਮੰਤਰੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਨੌਇਡਾ, ਕੋਲਕਾਤਾ ਮੁੰਬਈ ਵਿੱਚ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਤਿੰਨ ਨਵੇਂ ਲੈਬਸ ਦਾ ਉਦਘਾਟਨ ਕਰਨਗੇ ਇਹ ਲੈਬਸ ਮੁੰਬਈ ਕੋਲਕਾਤਾ ਤੇ ਨੌਇਡਾ ਵਿੱਚ ਤਿਆਰ ਕੀਤੀਆਂ ਗਈਆਂ ਹਨ ਸੀਐਮ ਯੋਗੀ ਮਮਤਾ ਬੇਨਰਜੀ ਅਤੇ ਉਧਵ ਠਾਕਰੇ ਵੀ ਵਰਚੁਅਲ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਗਲੀ ਵੱਡੀ ਖਬਰ ਹੈ ਜੀ ਹੁਣ ਦੂਰਦਰਸ਼ਨ ਤੇ ਲੱਗੀਆਂ ਪੋਲੀਟੈਕਨਿਕ ਦੀਆਂ ਕਲਾਸਾਂ ਜਾਣੋ ਕਿਵੇਂ ਅਤੇ ਕਦੋਂ ਸ਼ੁਰੂ ਹੋ ਰਹੀਆਂ ਨੇ ਕਲਾਸਾਂ ਕੋਵਿਡ-19 ਕਾਰਨ ਸਕੂਲ ਕਾਲਜ ਸਣੇ ਸਾਰੇ ਵਿਦਿਅਕ ادارے ਲਗਭਗ 3 ਮਹੀਨੇ ਤੋਂ ਬੰਦ ਚੱਲ ਰਹੇ ਹਨ ਤੇ ਹਾਲਾਂਕਿ ਪੜ੍ਹਾਈ ਨੂੰ ਸੁਚਾਰੂ ਰੂਪ ਵਿੱਚ ਸੰਚਾਲਿਤ ਕਰਨ ਲਈ ਆਨਲਾਈਨ ਕਲਾਸਾਂ ਦਾ ਸਹਾਰਾ ਲਿਆ ਜਾ ਰਿਹਾ ਦੂਜੇ ਪਾਸੇ ਇਸ ਦੌਰਾਨ ਹੁਣ ਪੋਲੀਟੈਕਨਿਕ ਸੰਸਥਾ ਨੇ ਵੀ ਇੱਕ ਹੋਰ ਪਹਿਲ ਕੀਤੀ ਹੈ ਸੰਸਥਾ ਹੁਣ ਦੂਰਦਰਸ਼ਨ ਚੈਨਲ ਰਾਹੀਂ ਪੜ੍ਹਾਈ ਕਰਵਾਵੇਗੀ ਮੀਡੀਆ ਰਿਪੋਰਟ ਮੁਤਾਬਕ ਇਸ ਲਈ ਡਾਇਰੈਕਟਰਾ ਤਕਨੀਕੀ ਦੇ ਅਬਦੁੱਲ ਕਲਾਮ ਤਕਨੀਕੀ ਯੂਨੀਵਰਸਿਟੀ ਨਾਲ ਮਿਲ ਕੇ ਇਹ ਲੈਕਚਰਰ ਤਿਆਰ ਕਰਿਆ ਤੇ ਇਹ ਈ ਲੈਕਚਰਰ ਸਵੇ ਪ੍ਰਵਾਹ ਚੈਨਲ ਤੇ ਪ੍ਰਸਾਰਤ ਕੀਤਾ ਜਾਵੇਗਾ ਵਿਦਿਆਰਥੀਆਂ ਨੇ ਧਿਆਨ ਦੇਣ ਲਈ ਇਹ ਕਲਾਸਾਂ 26 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਨੇ ਤੇ 8 ਅਗਸਤ ਤੱਕ ਚੱਲਣਗੀਆਂ ਈ ਲੈਕਚਰਰ ਦਾ ਪ੍ਰਸਾਰਣ ਕੱਲ ਤੋਂ ਸ਼ਾਮ 6 ਵਜੇ ਤੋਂ ਉਯੋਜਿਤ ਕੀਤਾ ਜਾਵੇਗਾ ਇਸ ਦੌਰਾਨ ਕੁੱਲ 56 ਟਾਪਿਕ ਪ੍ਰਸਾਰਤ ਹੋਣਗੇ ਤੇ ਸਟੂਡੈਂਟ ਇਸ ਗੱਲ ਬਾਤ ਧਿਆਨ ਰੱਖਣ ਕਿ ਸਾਰੇ ਸੈਮੈਸਟਰ ਦੇ ਵਿਦਿਆਰਥੀ ਸ਼ਾਮਲ ਹੋਣਗੇ ਤੇ ਵੱਖ-ਵੱਖ ਵਿਸ਼ਿਆਂ ਤੇ ਜ਼ਰੂਰੀ ਟੌਪਿਕ ਨਾਲ ਸੰਬੰਧਿਤ ਪੜ੍ਹਾਈ ਕਰਵਾਈ ਜਾਵੇਗੀ। ਉਸਤਵਾਰ ਵੱਡੀ ਖਬਰ ਹੈ ਜੀ 13 ਲੱਖ ਤੋਂ ਜ਼ਿਆਦਾ ਮਾਮਲੇ ਪਿਛਲੇ 24 ਘੰਟਿਆਂ ਵਿੱਚ 4 ਲੱਖ ਤੋਂ ਜ਼ਿਆਦਾ ਹੋਏ ਟੈਸਟ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਤੇ ਹੁਣ ਤੱਕ ਦੇਸ਼ ਵਿੱਚ ਮਾਮਲੇ 13 ਲੱਖ ਤੋਂ ਜ਼ਿਆਦਾ ਸਾਹਮਣੇ ਆ ਚੁੱਕੇ ਹਨ ਤੇ 31000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ ਸਿਹਤ ਮੰਤਰਾਲਾ ਦੁਆਰਾ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 48916 ਮਾਮਲੇ ਸਾਹਮਣੇ ਆਏ ਅਤੇ 757 ਲੋਕਾਂ ਦੀ ਮੌਤ ਹੋ ਗਈ ਹੈ ਦੇਸ਼ਵਾਰ ਵਿੱਚ ਕਰੋਨਾ ਦੇ 4 ਲੱਖ ਤੋਂ ਜ਼ਿਆਦਾ ਸੈਂਪਲ ਲਏ ਗਏ ਹਨ ਜਿਸਕਰ ਜੋਗੇ ਕਿ ਲਗਾਤਾਰ ਤੀਜੇ ਦਿਨ ਦੇਸ਼ ਵਿੱਚ ਕਰੋਨਾ ਦੇ 45000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਅਤੇ ਹੁਣ ਸਿਹਤ ਮੰਤਰਾਲਾ ਮੁਤਾਬਕ ਦੇਸ਼ ਵਿੱਚ ਹੁਣ ਤੱਕ 1336861 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਇਹਨਾਂ ਵਿੱਚੋਂ 456071 ਐਕਟਿਵ ਕੇਸ ਹਨ ਅਤੇ 8 ਲੱਖ 49431 ਮਰੀਜ਼ ਠੀਕ ਹੋ ਚੁੱਕੇ ਹਨ ਦੂਜੇ ਪਾਸੇ 31300 58 ਲੋਕਾਂ ਦੀ ਮੌਤ ਹੋ ਚੁੱਕੀ ਤੇ 63.54% ਦੀ ਮਰੀਜ਼ ਹੁਣ ਤੱਕ ਠੀਕ ਹੋ ਜਾਣ ਤੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਮੁਤਾਬਕ ਦੇਸ਼ ਵਿੱਚ ਹੁਣ ਤੱਕ ਕੁੱਲ 1 ਕਰੋੜ 58 ਲੱਖ 49000 68 ਸੈਂਪਲ ਟੈਸਟ ਹੋਈ ਹਨ ਹਾਂਜੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਆਪਣੀ ਵਟਸਐਪ ਫੇਸਬੁੱਕ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਖਬਰਾਂ ਦੀ ਜਾਣਕਾਰੀ ਹਰੇਕ ਪੰਜਾਬੀ ਵਾਸੀ ਤੱਕ ਪਹੁੰਚ ਸਕੇ ਆਉਣ ਵਾਲੀ ਤਾਜ਼ਾ ਖਬਰਾਂ ਲਈ ਚੈਨਲ ਨਾਲ ਜੁੜੇ ਰਹੋ ਧੰਨਵਾਦ